ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਅਸਲਾਮ ਅਲੈਕੁਮ, ਕੀ ਹਾਲ ਹੈ ਜੀ ਜਨਾਬ? ਠੀਕ ਠਾਕ ਹੋ? ਕੈਸੀ ਸਿਹਤ ਉਮੀਦ? ਅੱਜ ਸਾਡਾ ਟੋਲ ਲੱਗ ਰਿਹਾ ਜੀ, ਇੱਕ ਕੋਟਲੀ ਪਿੰਡ ਹੈ, ਦੀਨੇ ਤੋਂ ਅੱਗੇ ਲੰਘ ਕੇ ਬਿਫੋਰ ਡਮੇਲੀ ਮੋੜ, ਉੱਥੇ ਜੀ ਇੱਕ ਕਹਿੰਦੇ ਨੇ ਉੱਥੇ ਪਾਣੀ ਹੈ, ਖੂਹ ਦਾ ਪਾਣੀ, ਦੇਖੋ ਲੈ ਮੈਜਿਕ ਬੂਠਾ। ਕਹਿੰਦੇ ਜੋ ਬੰਦੇ ਨੂੰ ਪੇਟ ਦੀ ਜੋ ਮਸਲਾਲ ਹੋਵੇ ਇਹ ਵਾਰ, ਉਹਦੇ ਨਾਲ ਉਹ ਪਾਣੀ ਸਾਂ ਪੀਵੋ ਨਾ, ਰਾਏ ਸਵੰਦ ਅੰਦਰ ਜੋ ਪੂਰਾ ਗੱਟ ਸਿਸਟਮ ਹੈ ਸਾਰਾ ਕਲੇਅ ਕਰ ਛੋੜਦਾ, ਬਿਮਾਰੀ ਹੁੰਦੀ ਹੈ ਪੇਟ ਦੇ ਅੰਦਰ, ਉਹ ਪੇਟ ਸੌਂਦਾ ਸਾਫ਼ ਕਰ ਦਿੰਦਾ। ਸੋ ਇਹੋ ਦੀ ਚੀਜ਼ ਮੈਂ ਪਹਿਲਾਂ ਟਰਾਈ ਨਹੀਂ ਕੀਤੀ, ਪਰ ਅੱਜ ਅਸਾਂ ਸੋਚਿਆ ਕਿ ਉੱਥੇ ਜਾਈਏ, ਉੱਥੇ ਜਾ ਕੇ ਪਾਣੀ ਲੈ ਕੇ ਆਈਏ ਅਤੇ ਫਿਰ ਕਾਲ ਲੈ ਕੇ ਮੈਂ ਪੀਣਾ। ਕਾਫੀ ਬੰਦੇ ਉੱਥੇ ਪੀਂਦੇ ਵੀ ਹਨ ਅਤੇ ਜ਼ਮੀਨਾਂ ਜਾ ਕੇ ਬਹਿ ਜਾਂਦੇ ਅਤੇ ਉਹ ਸਾਡੇ ਕੋਲ ਕੰਮ ਨਹੀਂ ਆਉਣੇ, ਮਗਰ ਅਸਾਂ ਕਾਲ ਲੈ ਕੇ ਆਵਾਂਗਾ। ਐਨ ਬਾਕੀ ਦੇਖਣੇ ਜੀ ਕੀ ਹੁੰਦਾ, ਚਲੋ ਚਲੀਏ, ਅੱਲਾਹ ਹੈ ਕਰੇ। ਪੀ ਐੱਸ ਓ ਪੈਟਰੋਲ ਸਟੇਸ਼ਨ ਜੀ, ਉਹਦੇ ਨਾਲ ਹੈ, ਹਲਕਾ ਜਿਹਾ ਰਸਤਾ ਨਿਕਲਦਾ, ਕੱਚਾ ਰਸਤਾ, ਇਹ ਰਸਤਾ ਜੀ ਉਸਦਾ, ਉਹਦਾ ਤਾਂ ਬਹੁਤ ਗੰਦਾ ਰਸਤਾ, ਉਹ ਗੱਡੀ ਵਾਲਾ ਰਸਤਾ ਨਹੀਂ ਹੈ। ਕਿੱਥੇ ਉਹ ਝੰਡਾ ਜੀ, ਇਸ ਝੰਡੇ ਕੋਲ ਅਸਾਂ ਜਾਣਾ, ਮਗਰ ਜੀ ਰਸਤਾ ਬੜਾ ਖਰਾਬ ਹੈ, ਉਹ ਰਾਮ ਸੋਚ ਸਮਝ ਗਿਆ ਫਿਰ ਉਸ ਪਾਸੇ ਰਸਤਾ ਜਾਂਦਾ, ਉਹ ਬੰਦੇ ਆ ਰਹੇ ਜੀ ਬੋਤਲਾਂ ਭਰ ਕੇ। ਹੁਣ ਉਹ ਦੂਜੇ ਪਾਸੇ ਚਲਾ ਗਿਆ, ਕੁਛ ਰਸਤਾ ਕਾਫੀ ਖਰਾਬ ਸੀ, ਉਸਦੀ ਵਜ੍ਹਾ ਨਾਲ ਮੈਂ ਯਾਰ ਮੈਨੂੰ ਲਾਹ ਦੇ, ਮੈਂ ਪੈਦਲ ਹੋ ਕੇ ਆ ਜਾਣਾ। ਇਹ ਇੱਕ ਦਰਬਾਰ ਹੈ, ਇਹ ਛੋਟੀ ਜਿਹੀ ਮਸਜਿਦ ਟਾਈਪ ਦਰਬਾਰ ਹੈ ਜੀ। ਬਿਸਮਿਲ੍ਲਾਹਿਰਰਹਿਮਾਨਿਰਰਹੀਮ, ਪੁੱਛਾਂਗੇ ਕਿਸੇ ਬੰਦੇ ਕੋਲੋਂ ਕਿ ਭਾਅ ਜੀ ਇਸ ਦਾ ਕੀ ਰਾਜ਼ ਹੈ। ਚੱਲਣ ਆਏ ਨੇ, ਗੱਡੀਆਂ ਵੀ ਅੱਗੇ ਖਲੋਤੀਆਂ ਨੇ, ਰਸਤੇ 'ਚ ਵੀ ਬੰਦੇ ਤੱਕੇ ਨੇ, ਅਤੇ ਇਹ ਸਾਰਾ ਜੀ ਸਿਸਟਮ ਹੈ। ਬਜ਼ੁਰਗ ਵੀ ਬੈਠੇ ਨੇ, ਇਹਨਾਂ ਕੋਲ ਮਲੂਮਾਤ ਪਤਾ ਲੱਗ ਜਾਏਗਾ। ਸਭ ਕੀ ਹਾਲ ਹੈ? ਠੀਕ ਹੈ ਬਾਬਾ ਜੀ, ਕੀ ਹਾਲ ਹੈ? ਕਿਹੜੇ ਬੱਚੇ ਠੀਕ ਹੋ? ਅੱਛਾ, ਇਸ ਦੀ ਰਸ਼ ਹੈ? ਅੱਛਾ ਓਟ, ਅੱਛਾ ਠੀਕ ਹੈ, ਵੀ ਬਣਾਇਆ ਚਾਹ ਬਣਾਉਂਦੇ ਹੋਏ ਜੀ? ਅੱਛਾ, ਠੰਡੀਆਂ ਬੋਤਲਾਂ। ਐਸਾ ਕਿੰਨੀ ਦੁਨੀਆ ਆਉਂਦੀ ਹੈ ਅੱਜ? ਸਭ ਇਹ ਕੋਈ ਅੱਜ ਤੋਂ ਤਾਂ 50 ਸਾਲ ਪਹਿਲਾਂ ਇੱਥੇ ਹਜ਼ਾਰਾਂ ਦੀ ਤਾਦਾਦ ਦੇ ਬੰਦੇ ਹੋਣੇ ਸਨ, ਜਿਸ ਤਰ੍ਹਾਂ ਅੱਜ ਤੋਂ 100 ਸਾਲ, 200, 400, 600 ਸਾਲ ਪਹਿਲਾਂ, 600 ਸਾਲ ਸਾਡੇ ਔਰ ਤੁਹਾਡੇ ਜਿਹੜੇ ਵਾਜਦਾਦ ਸਨ, ਇੱਕ ਫੀਡਰ ਪੀਣ ਵਾਲਾ ਬੱਚਾ ਵੀ 6 ਮਹੀਨੇ ਬਾਅਦ ਮੇਰੇ ਦਾ ਵਾਸ਼ ਕਰਦਾ ਸੀ, ਮੇਰੇ ਤੁਹਾਡੇ ਦਾ ਵੀ ਕਰਦਾ ਸੀ। ਲੱਖਾਂ ਵਿੱਚੋਂ ਕੋਈ ਇੱਕ ਬੰਦਾ ਬਿਮਾਰ ਹੋਣਾ ਸੀ, ਸਭ ਬੰਦੇ ਸਿਹਤਮੰਦ ਹੀ ਹੋਣੇ ਸਨ, ਮੌਤ ਆਪਣੇ ਵਕਤ ਇੰਤਜ਼ਾਰ ਕਰ ਰਹੀ ਸੀ। ਅੱਜ ਦੌਰ ਐਸਾ ਜਾ ਰਿਹਾ, ਮਹਿੰਗਾਈ ਇਤਨੀ ਹੈ, ਇੱਥੇ 2, 4, 6, 10, 20, 50 ਬੰਦਾ ਆਉਣਾ ਹੈ, ਫਾਲਤੂ ਨਹੀਂ ਆਉਂਦੀ, ਠੀਕ, ਮਹਿੰਗਾਈ ਨਹੀਂ ਵਜਾ, ਮਹਿੰਗਾਈ ਇਸ ਕਦਰ ਹੈ। ਪਾਣੀ ਮੁਫਤ ਦੇ ਰਹੇ ਜਾਂ ਪੈਸੇ ਲੈ ਰਹੇ? ਫਿਰ ਮਹਿੰਗਾਈ ਤਾਂ ਬਾਹਰ ਹੈ ਨਾ, ਪਾਣੀ ਦੀ ਸ਼ਫਾ ਹੈ ਫਿਰ, ਲੇਕਿਨ ਲੋਕਾਂ ਕੋਲ ਇਤਨੇ ਵਸਾਇਲ ਨਹੀਂ ਥਾ। ਅੱਛਾ, ਆਮਨੇ ਵਾਸਤੇ ਵਸਾਇਲ, ਮਤਲਬ 50-100 ਸਾਲ ਪਹਿਲਾਂ ਪੈਦਲ ਹੀ ਆਉਂਦਾ ਬੰਦਾ, ਪੈਦਲ ਆਉਂਦੇ ਸਨ, ਲੇਕਿਨ ਉਹਨਾਂ ਲੋਕਾਂ ਨੇ ਰੂਟੀਨ ਵਾਸਤੇ 6 ਮਹੀਨੇ ਬਾਅਦ ਮੇਰੇ ਦਾ ਵਾਸ਼ ਕਰਨਾ ਹੈ। ਅੱਛਾ, ਇਹ ਇੱਕ ਮੰਦਰ ਰੂਹ ਵੀ ਹੈ ਕਿ ਅਗਰ ਤੁਸੀਂ 6 ਮਹੀਨੇ ਬਾਅਦ ਮੇਰੇ ਦਾ ਵਾਸ਼ ਕਰ ਲਓ, ਸੁਬਹਾ ਸ਼ਾਮ ਖਾਣਾ ਖਾਓ, ਤਾਂ ਮੌਤ ਆਪਣੇ ਵਕਤ ਇੰਤਜ਼ਾਰ ਕਰ ਲਈ, ਉਹ ਨਹੀਂ ਅੱਗੇ ਪਿਛਾਉਣੀ, ਲੇਕਿਨ ਬੰਦਾ ਬਿਮਾਰ ਨਹੀਂ ਹੋਣਾ।
ਬਿਮਾਰ ਬਿਲਕੁਲ ਨਹੀਂ ਹੁੰਦਾ? ਅੱਛਾ, ਇਹਦਾ ਪਾਣੀ ਪੀਣ ਦਾ ਤਰੀਕਾ ਕਿਵੇਂ? ਪਾਣੀ ਪੀਣ ਦਾ ਤਰੀਕਾ ਕਰ ਵੀ ਜਿਸ ਤਰ੍ਹਾਂ ਮੈਂ ਰਾਤ ਦਾ ਖਾਣਾ ਖਾਧੇ ਹੋਗਾ, ਸੁਬਹਾ ਖਾਲੀ ਪੇਟ ਪਾਣੀ ਪੀਤਾ ਜਾਏ। ਸਹੀ ਹੈ। ਪਾਣੀ ਪੀਣ ਦੇ ਨਾਲ ਨਾਲ ਗੁੜ, ਰੇਵੜੀ, ਮਖਾਣਾ, ਟਰੈਫਿਕ ਖਾਧੀ ਜਾਏ। ਉਹ ਕਿਉਂ ਖਾਧੀ ਜਾਏ? ਪਹਿਲੇ ਨੰਬਰ 'ਤੇ ਬਣਦਾ ਜ਼ਾਇਕਾ ਚੇਂਜ ਕਰ, ਦੂਸਰੇ ਨੰਬਰ ਅਗਰ ਕੋਈ ਪੇਟ 'ਚ ਕੀੜਾ ਚੂਣਾ ਮਿਲਾਪਾ ਤਾਂ ਜ਼ਾਇਕਾ ਕਰਦੇ। ਸਭ ਤੋਂ ਬੜਾ ਕਿਰਦਾਰ ਇਸ ਪਾਣੀ ਵਿੱਚ ਨਮਕਿਆਤ ਸ਼ਾਮਲ ਹੈ। ਕੁਛ ਹਜ਼ਰਾਤ ਐਸੇ ਨੇ ਜਿਹਨਾਂ ਨੇ 24 ਘੰਟੇ ਬਲੱਡ ਪ੍ਰੈਸ਼ਰ ਉੱਪਰ ਰਹਿਣਾ। ਸਹੀ ਹੈ। ਨਿਮਕਿਆਤ ਦੀ ਖੂਬੀ ਹੈ ਬਲੱਡ ਪ੍ਰੈਸ਼ਰ ਉੱਪਰ ਕਰਨ ਦੀ, ਮਿੱਠੇ ਦੀ ਖੂਬੀ ਹੈ ਲੋਅ ਕਰਨ ਦੀ। ਇਹ ਤਿੰਨ ਕਿਰਦਾਰ ਦਾ ਕਰ ਸੀ ਮਿੱਠਾ। ਹੁਣ ਪਾਣੀ ਪੀਣਾ ਸ਼ੁਰੂ ਕਰੋ। ਕਿਤਨਾ ਪਾਣੀ ਪੀਣਾ ਔਰ ਕਿਤਨਾ ਟਾਈਮ ਦਿਓ? ਤੂੰ 3 ਲੀਟਰ ਟਾਈਮ, ਘੰਟਾ, ਸਵਾ ਘੰਟਾ, ਡੇਢ ਘੰਟਾ ਟਾਈਮ ਲਾਉਣਾ। ਥੋੜ੍ਹਾ ਥੋੜ੍ਹਾ ਕਰਕੇ, ਥੋੜ੍ਹਾ ਥੋੜ੍ਹਾ ਪੀਣਾ ਜਾਂ ਇੱਕਦਮ ਪੀ ਛੋਣਾ? ਥੋੜ੍ਹਾ ਥੋੜ੍ਹਾ ਕਰਕੇ 2-2.5 ਲੀਟਰ ਪਾਣੀ ਟਾਈਮ 'ਚ, ਘੰਟਾ, ਸਵਾ ਘੰਟਾ, ਡੇਢ ਘੰਟਾ ਮੈਂ ਟਾਈਮ ਦੇ ਛੋੜਿਆ। ਸਹੀ ਹੈ। ਇਹਦੇ ਦਰਮਿਆਨ 'ਚ ਪੀਣਾ ਨਾ, ਇੱਕਦਮ ਤਾਂ ਨਹੀਂ ਪੀਣਾ। ਸਹੀ ਹੈ। ਪਾਣੀ 6 ਇਸੇ ਟਾਈਮ ਦੇ ਦਰਮਿਆਨ ਜਲਵਾਏ, ਅੱਜ ਤੱਕ ਅਮਲ ਵੀ ਸ਼ੁਰੂ ਹੋ ਜਾਸੀ। ਠੀਕ। 2-2.5 ਲੀਟਰ ਪਾਣੀ ਪੇਟ 'ਚ ਸੀ ਤਾਂ ਅਮਲ ਸ਼ੁਰੂ ਹੋ ਜਾਸੀ। ਠੀਕ ਹੈ। ਜਦ ਤੱਕ ਪੇਟ 'ਚੋਂ ਨੀਲਾ, ਪੀਲਾ, ਦਰਦ ਪਾਣੀ ਪੀਣਾ ਰਹੇ, ਵਾਈਟ ਹੋ ਗਿਆ ਪਾਣੀ ਛੋੜ ਦੇਣਾ। ਇੱਕ ਦਿਨ ਬਸ ਸੁਬਹਾ ਸ਼ਾਮ ਦੁਪਹਿਰ ਮਿਰਚਾਂ ਵਾਲੀ ਗਜ਼ਾ ਨਹੀਂ ਖਾਣੀ ਪਰਹੇਜ਼। ਅਗਲੀ ਗੱਲ, ਸ਼ਫਾ ਮਿਲ ਜਾਣਾ ਮੁੱਲਾ, ਦਬਾਫ ਕਿਰਾ ਰਹੇ ਮੁੱਲਾ। ਚੰਦ ਇੱਕ ਬਿਮਾਰੀਆਂ, ਮੈਂ ਸਭ 34 ਸਾਲ ਤੋਂ ਡਿਊਟੀ ਕਰ ਰਿਹਾ, ਪਿੰਸਰੀ ਫੋੜਾ ਖਾਰਿਸ਼ ਨਾਲ ਬਿਮਾਰੀਆਂ ਦੀ ਰਿਪੋਰਟ ਮਿਲਦੀ ਹੈ ਵਾਪਸੀ ਲੋਕਾਂ ਦੀ। ਪਿੰਸਰੀ ਫੋੜਾ ਖਾਰਿਸ਼, ਦਮਾ, ਕੇਰਾ ਰੇਸ਼ਾ, ਜੰਡਸ, ਜਰਕਾਉਣ, ਡੈਮੀ ਕਬਜ਼, ਗੈਸ ਖੋਣੀ, ਬਵਾਸੀਰ, ਕਿਸੇ ਬੰਦੇ ਨੇ ਮੈਂ ਤਾਂ ਚੱਲ ਸਰ ਸੋਜਿਸ਼ ਹੈ, ਗੁਰਦੇ 'ਚ ਕਕਰੀ ਵਿੱਚ ਜੋੜਨ ਦਰਦ, ਸ਼ੂਗਰ ਹੈ, ਹੱਥਾਂ ਪੀਸੋ ਜਾਂ ਕਾਰ ਪੀਸੋ, ਫਾਇਦੇ ਕੋਈ ਜਿੱਦਣਾ। ਇੱਕ ਬੰਦੇ ਦੀ 5 ਕਿਲੋ ਪਾਣੀ ਚਾਹੀਦਾ। ਇਹ ਨਹੀਂ ਕਿ ਪਾਣੀ ਲੈ ਗਏ, 5 ਕਿਲੋ ਬਸ਼ੀਰਿਆ, ਨਜ਼ੀਰਿਆ, ਬੂਟਿਆ, ਸ਼ਫੀ ਆ ਕੇ ਪਾਣੀ ਪੀ ਲੈ। ਉਹ ਇੱਕ ਬੰਦੇ ਨੇ ਪਾਣੀ 'ਚ 7 ਬੰਦਿਆਂ ਪੀਤਾ, ਕੁਝ ਵੀ ਨਹੀਂ ਹੋਣਾ। ਠੀਕ ਹੋ ਗਿਆ। 5 ਕਿਲੋ ਚੜ ਜਾਓ ਦਰਬਾਰ ਸ਼ਿਵ ਤੇ, ਹਾਜ਼ਰੀ ਦਿਓ। ਮਲੰਗ ਬੈਠਿਆ, ਮਜ਼ੀਦ ਗੱਲਬਾਤ ਤੁਸੀਂ ਨਾ ਕਰੋ। ਇਹ ਮਲੰਗ ਕਿੰਨੀ ਦੇਰ ਹੋ ਗਈ ਇਹਨਾਂ ਨੂੰ ਬੈਠੇ ਇੱਥੇ? ਜ਼ਿੰਦਗੀ ਗੁਜ਼ਰ ਗਈ, ਯਾਨੀ ਕਿ ਕਮ ਅਜ਼ ਕਮ 5-6 ਪੁਸ਼ਤਾਂ ਨਹੀਂ ਗੁਜ਼ਰ ਗਈਆਂ। ਇਹ ਦਾਦੇ ਪੜਦਾਦੇ ਤੋਂ ਬਰਤਾਨੀਆਂ ਨੇ ਟਾਈਮ ਤੋਂ ਇੱਥੇ। ਮੈਂ ਇਹਨਾਂ ਕੋਲ ਕਾਗਜ਼ ਬਰਤਾਨੀਆਂ ਨੇ ਬਣੇ ਮੈਨੂੰ। ਅੱਛਾ, ਲਾਵਰ ਬ੍ਰਿਟਿਸ਼ ਨੇ। ਉਸ ਤੋਂ ਪਹਿਲਾਂ ਇੱਥੇ ਕਿੰਨੀ ਜਨਰੇਸ਼ਨ ਆਉਂਦੀ ਇੱਥੇ ਆ ਰਹੀ ਹੈ? 8ਵੀਂ 9ਵੀਂ ਨਸਲ 'ਚ ਮੇਰਾ ਨੰਬਰ ਆ। ਤੁਸਾਂ ਦਾ ਨੰਬਰ ਹੈ ਤਾਂ ਬਾਕੀ ਵੀ ਸਾਡੇ ਭਾਈ ਹਨ ਜਾਂ ਕੋਈ ਫੈਮਿਲੀ? ਇਕੱਲੇ ਹੈ। ਤੁਸੀਂ ਖੁਦ ਆ ਕੇ ਚੂਜ਼ ਕਰਦੇ ਹੋ ਜਾਂ ਡਿਊਟੀ ਸਾਡੀ ਵੱਡੀ ਖੁਦ ਕਰਦੇ ਹੋ, ਦਿਲ ਕਰਦੇ ਹੋ? ਕਈ ਵਾਰੀ ਇਹ ਹੁੰਦਾ ਨਾ ਕਿ ਡਿਊਟੀ ਸਾਨੂੰ ਲੱਗ ਜਾਂਦੀ ਜੀ ਵੱਡਿਆਂ ਦੀ, ਫਿਰ ਤੂੰ ਨੀਚੇ ਇਸੇ ਤਰ੍ਹਾਂ ਹੀ। ਅੱਛਾ, ਉਹ ਸਾਡੇ ਜੋ ਬੱਚੇ ਨਹੀਂ ਹੋ ਰਹੇ ਉਹ ਆ ਕੇ ਖਿਦਮਤ ਦੇ ਸਨ ਇੱਥੇ? ਜੀ ਹਾਂ, ਕਹਿੰਦੇ ਇਸੇ ਤਰ੍ਹਾਂ ਸਿਸਟਮ ਚੱਲਦਾ। ਦਾਦਾ ਜੀ, ਵਾਲਦ ਸਾਹਿਬ, ਪੜਦਾਦਾ, ਸਹੀ ਹੈ, ਨਸਲ 'ਚ ਇੱਕ ਬੰਦਾ ਸਾਡਾ ਇੱਥੇ ਡਿਊਟੀ ਕਰਦਾ। ਠੀਕ ਹੈ। ਅਸੀਂ ਖਿਦਮਤਗਾਰ ਹਾਂ ਇੱਥੇ। ਦਿਨ ਰਾਤ ਇੱਥੇ ਹੀ ਰਹਿੰਦੇ ਹੋ? ਨਹੀਂ, ਸੁਬਹ ਆਵੀਦਾ ਮਗਰ ਵੀ ਚਲੇ ਜਾਈਦੇ। 700 ਸਾਲ? ਨਹੀਂ, 600 ਸਾਲ ਦੇ। 600 ਸਾਲ ਹੈ? 600 ਸਾਲ ਜਿਹੜੀ ਉਹ ਨਾਰਮਲ ਤਾਰੀਖ ਦੱਸਦੀ ਹੈ ਨਾ, ਚਸ਼ਮੇ ਦੇ ਚਸ਼ਮਾ ਖੂਹ ਨਹੀਂ ਹੈ। ਅੱਛਾ, ਚਸ਼ਮਾ ਹੈ। ਇਹ ਚਸ਼ਮੇ ਦੇ ਖੂਹ ਦੀ ਸ਼ਕਲ ਜਿਹੜੀ ਹੈ ਸ਼ੇਰ ਸ਼ਾਹ ਸੂਰੀ ਨੇ ਦਿੱਤੀ ਹੈ। ਠੀਕ। ਜੀ ਹਾਂ, ਚਸ਼ਮੇ ਦੇ ਖੂਹ ਦੀ ਸ਼ਕਲ ਜਿਹੜੀ ਹੈ ਸ਼ੇਰ ਸ਼ਾਹ ਸੂਰੀ ਨੇ ਦਿੱਤੀ ਹੈ। ਠੀਕ ਹੈ। ਇਹ ਪਤਾ ਲੱਗਦਾ ਵੀ 600 ਸਾਲ ਤੋਂ ਹੇਠ ਉੱਪਰ ਜਿਹੜਾ ਇਹਦਾ ਹੈ। ਜੀ ਹਾਂ। ਅੱਛਾ ਜੀ, ਇਹ ਕਿੰਨੀ ਦੇਰ ਹੋ ਗਈ ਤੁਹਾਨੂੰ ਬੈਠੇ ਇੱਥੇ? ਤਿੰਨ ਘੰਟੇ ਹੋ ਗਏ। ਕਿੰਨਾ ਪਾਣੀ ਪੀਤਾ ਸਾਂ? 20 ਕਿਲੋ ਪਾਣੀ। 20 ਕਿਲੋ? ਦੋਵਾਂ 20-20, 10-10 ਕਿਲੋ? ਅਤੇ ਕੀ ਸੂਰਤ ਹਾਲ ਹੋਈ ਹੈ? ਫਰੈਸ਼ ਹੋ ਗਏ? ਲਓ ਜੀ, ਮੀਟਰ ਜ਼ੀਰੋ ਹੋ ਗਿਆ, 10 ਕਿਲੋ ਪਾਣੀ ਪੀ ਕੇ ਜੀ, 10 ਲੀਟਰ। ਅੱਛਾ, ਨਿਮਕੀ ਪਾਣੀ ਹੈ? ਬੜਾ ਫਿਰ ਪੀ ਲਿਆ? ਅੱਛਾ, ਚਲੋ ਜੀ। ਜ਼ਿਲ੍ਹਾ ਅਫਜ਼ਾਬਾਦ ਜੀ। ਅੱਛਾ, ਸੋ ਪਹਿਲਾਂ ਪੀਤੇ ਹੈ ਜੀ?
ਪਾਣੀ ਪੀਤਾ ਸੀ ਕੀ ਸਵਾਮ ਮਹਿਸੂਸ ਕੀਤਾ ਸੀ? ਹਲਕਾ ਹੋ ਜਾਂਦਾ ਬੰਦਾ, ਓਜਰੀ ਸਹੀ ਹੋ ਜਾਂਦੀ ਹੈ ਬੰਦੇ ਦੀ, ਮੈਦਾ ਸਹੀ ਹੋ ਜਾਂਦਾ, ਵਾਸ਼ ਹੋ ਜਾਂਦਾ। ਲਓ ਜੀ ਟੋਲੋ ਰੋਲ ਲਈ ਆ ਗਿਆ, ਨਾਲ ਮਿੱਠਾ ਸਵਾਨ ਲਾਜ਼ਮੀ ਖਾਣਾ ਹੈ ਜੀ। ਚਲੋ ਮਾਸ਼ਾਅੱਲਾ ਹੈ ਜੀ, ਉਹ ਵੀ ਹੋ ਜਾਏਗਾ, ਉਹ ਲਾਜ਼ਮੀ ਹੈ, ਸਹੀ ਹੈ। ਚਲੋ ਅੱਲਾ ਸ਼ਿਫਾ ਦੇ, ਮੈਡੀਕਲ ਚੈੱਕ ਹੈ ਸਾਇੰਸ ਦੀ। ਕੋਈ ਐਸਾ ਦਿਹਾੜਾ ਨਹੀਂ ਅੱਜ ਕਿਹੜਾ ਦੌਰ ਹੈ ਕਿ ਮੈਂ ਸਾਇੰਸ ਨਾਲ ਚੈੱਕ ਕਰ ਸਕੀ, ਜਿਹੜਾ ਪਾਣੀ ਲੈ ਕੇ ਜਾਣਾ ਲਬਾਰਟਰੀ ਲੈ ਜਾਣਾ, ਅਗਰ ਇਹ ਕੋਈ ਗਲਤ ਸਾਬਤ ਹੁੰਦਾ ਉਸ ਰੁਕਣਾ ਬੰਦ ਹੋ ਜਾਂਦਾ। ਉਹ ਅੱਜ ਤੋਂ 50-100 ਸਾਲ ਪਹਿਲਾਂ ਤਾਂ ਸਿਸਟਮ ਬਹੁਤ ਘੱਟ ਸੁਣ, ਅੱਜ ਤਾਂ ਹਰ ਬੰਦੇ ਨੇ ਸਿਸਟਮ ਜੋ ਵਿੱਚ ਪਾਇਆ, ਐਪ ਸੀ ਪਾਣੀ ਲੈ ਕੇ ਬੜਦੇ ਸਵੇਰੇ ਲਬਾਰਟਰੀ ਚੈੱਕ ਹੋਣ ਲੱਗ ਗਿਆ। ਪਹਿਲਾਂ ਬਰਤਾਨੀਆਂ ਦੀਆਂ ਫੌਜਾਂ ਪਾਣੀ ਪੀਣੀਆਂ ਸਨ ਇੱਥੇ, ਯੂਨਿਟ ਵਾਈਜ਼ ਆ ਗਏ, ਠੀਕ, ਫਿਰ ਆਸਤਾ ਆਸਤਾ ਉਹ ਸਿਸਟਮ ਖਤਮ ਹੋ ਗਿਆ, ਡਾਕਟਰ ਆ ਗਏ। ਤੇ ਹੁੰਦਾ ਹੈ ਸਰਾ ਕਿ ਮੈਂ ਜਿਹੜੀ ਪਹਿਲਾਂ ਤੁਹਾਨੂੰ ਮਿਸਾਲ ਦਿੱਤੀ ਹੈ ਨਾ, ਅੱਜ ਤੋਂ 100 ਸਾਲ 400-600 ਸਾਲ ਪਹਿਲਾਂ ਉਹ ਸਿਰਫ ਦੇਸੀ ਤਰੀਕਿਆਂ ਨਾਲ ਹਰ ਮੌਸਮੇ ਬਾਹਰ ਜੇ ਦਸਤ ਲੈ ਜਾਂਦੇ ਸੀ। ਅੱਛਾ ਅੱਛਾ, ਉਹ ਇਹ ਚੀਜ਼ ਹੈ ਇਸ ਪਾਣੀ ਨਾਲ ਉਸ ਚੀਜ਼ ਨਾਲ ਕੋਈ ਤਲਕ ਨਹੀਂ, ਉਹਨਾਂ ਚੀਜ਼ਾਂ ਨਾਲ ਤਲਕ ਇਸ ਪ੍ਰਜਾਤੀ ਨਹੀਂ ਕਿ ਜਾਤੀ ਨੇ ਮਕੋਲ ਨਹੀਂ ਜ਼ਾਇਆ ਕਰਦਾ, ਇਹ ਕਮਜ਼ੋਰੀ ਨਹੀਂ ਪੈਦਾ ਕਰਦਾ, ਠੀਕ ਹੈ ਜੀ। ਜਿਸ ਦੀ ਵਜ੍ਹਾ ਜਿਹੜਾ ਦਿਲ ਕਰਦਾ ਪੀ ਲਓ, ਇਹ ਤਾਂ ਕੱਪੜੇ ਧੋਣ ਵਾਲੀ ਗੱਲ ਆ, ਔਰ ਮੇਦਾ ਵਾਸ਼ ਕਰਨ ਵਾਲੀ ਗੱਲ ਇੱਕੀ ਮਿਸਾਲ ਹੈ, ਮੇਦਾ ਤੋਂ ਅੰਦਰ ਧੋ ਲੈਣਾ ਕੱਪੜੇ ਧੋ ਲੈਣੇ ਗੱਲ ਇੱਕੀ ਹੈ, ਇਸ ਜਿਹੜਾ ਕੱਪੜੇ ਮੈਲੇ ਹੋਏ ਧੋ ਲਵੋ। ਅੱਛਾ, ਐਸਾ ਵੱਡੇ ਪੇਟ ਵਾਲੇ ਬੰਦੇ ਦਾ ਪੇਟ ਨਿੱਕਾ ਹੋ ਜਾਂਦਾ ਪਾਣੀ ਪੀ ਕੇ, ਕਿਉਂ ਜੀ? ਹੋ ਜਾ ਸੀ ਅੰਦਰ ਤੇ ਸ਼ੈ ਨੀ ਰਹਿਣ ਦੀ ਕੱਖ ਵੀ। ਲੋ ਜੀ, ਜੋ ਕਿਸੇ ਬੰਦੇ ਦਾ ਵੱਡਾ ਪੇਟ ਹੈ ਨਾ, ਤੇ ਇੱਥੇ ਆ ਜਾਓ, ਰਸਤਾ ਸੋਨਾ ਸਾਰਾ ਸਮਝਾ ਦਿੱਤਾ, ਤੇ ਆ ਕੇ ਪਾਣੀ ਪੀਓ, ਨਾਲ ਸਰਕਾਰਾਂ ਦੀ ਹਜ਼ਰਤ ਹੀ ਲਓ, ਸਲਾਮ ਕਰੋ ਵੀ ਕਰੋ। ਇਲਾਕਾ ਖੂਬਸੂਰਤ, ਬੜਾ ਪਿਆਰਾ ਇਲਾਕਾ ਹੈ ਜੀ, ਬੜਾ ਜੰਗਲ ਵੀ ਹੈ ਬਹਾਨ ਹੈ ਸਾਰਾ, ਮਗਰ ਉਸ ਦੇ ਅੰਦਰ ਤਿੱਤਰ ਬਹੁਤ ਨੇ ਇੱਥੇ। ਅੱਛਾ, ਤਿੱਤਰ ਵੀ ਆਏ ਨੇ? ਤਿੱਤਰ ਵੀ ਆਏ ਨੇ, ਕਾਲੇ ਭੂਰੇ ਮੋਰ। ਹੋਰ ਕਿਹੜਾ ਜੰਗਲੀ ਜਾਨਵਰ ਹੈ? ਹੋਰ ਸੂਰੀ। ਅੱਛਾ, ਬੰਦਿਆਂ ਨੇ ਪਹਿਲਾਂ ਵੀ ਪਾਣੀ ਪੀ ਚੁੱਕੇ ਜੀ ਜੀ, ਅੱਜ ਫਿਰ 6 ਮਹੀਨੇ ਬਾਅਦ ਆਏ ਨੇ। ਅੱਛਾ, ਥੋੜ੍ਹਾ ਦੱਸੋ ਜੀ, ਪੀਣਾ ਚਾਹੀਦਾ ਪਾਣੀ ਜਾਂ ਨਹੀਂ? ਤਕਰੀਬਨ ਸਾਡੇ ਕੋਲ 12 ਬੋਤਲਾਂ ਹੈ, 1.5 ਲੀਟਰ ਦੀਆਂ, ਤੇ ਨਾਲ 5 ਲੀਟਰ ਦਾ ਲਿਆ ਇਹ ਗੈਲਨ ਚਿੱਟਾ। ਤਾਂ ਪੀਣੇ ਦਾ ਟੇਸਟ, ਪਾਣੀਆਂ ਦਾ ਟੇਸਟ ਹੈ ਜੀ, ਬਿਲਕੁਲ ਨਿਮਕੀ ਪਾਣੀ ਹੈ। ਮੈਂ ਤੁਹਾਨੂੰ ਅੱਗੇ ਟਰਾਈ ਕੀਤਾ, ਨਿਮਕੀ ਪਾਣੀ ਹੈ, ਉਸ ਦੀ ਵਜ੍ਹਾ ਨਾਲ ਕਹਿੰਦੇ ਨੇ ਇਹਦੇ 'ਚ ਜੋ ਅੱਲਾ ਦੀ ਸ਼ਫਾ ਹੈ, ਨਿਮਕੀ ਪਾਣੀ 'ਚ ਪੀਓਗੇ ਪੇਟ ਤੁਸਾਂ ਦਾ ਇਨਸ਼ਾਅੱਲਾ ਸਾਫ਼ ਹੋ ਜਾਏਗਾ। ਮਗਰ ਮੈਂ ਪਹਿਲੀ ਵਾਰੀ ਆਇਆ ਜੀ, ਪਹਿਲੀ ਜੀ ਇਸ ਚੀਜ਼ ਤੱਕ ਹੈ, ਫੋਰ ਮੀ ਇਟਸ ਵੈਰੀ ਨਿਊ, ਅਤੇ ਆ ਕੇ ਦੇਖਣੀ ਚਾਹੀਦੀ, ਐਕਸਪੀਰੀਅੰਸ ਕਰਨਾ ਚਾਹੀਦਾ। ਅਤੇ ਪੇਟ ਦੀ ਜੋ ਸਭ ਤੋਂ ਵੱਡੀ ਬਿਮਾਰੀ ਜੋ ਇਨਸਾਨ ਨੂੰ ਲੱਗਦੀ ਹੈ, ਪੇਟ ਦੇ ਥਰੂ ਲੱਗਦੀ ਹੈ, ਅਸਾਂ ਖਾਈ ਜਾਂਦਾ ਮਗਰ ਪੇਟ ਦਾ ਅੱਜ ਤੱਕ ਇਲਾਜ ਬਿਲਕੁਲ ਨਹੀਂ ਹੈ। ਕੋਈ ਬੰਦੇ ਇੱਥੇ ਦਵਾਈ ਖਾ ਕੇ ਆਪਣੇ ਪੇਟ ਸਾਫ਼ ਕਰਾਉਂਦੇ, ਮਤਲਬ ਨੈਚੁਰਲ ਚੀਜ਼ ਅਸਾਂ ਖੂਹ ਦਾ ਪਾਣੀ ਹੈ, ਚਸ਼ਮੇ ਦਾ ਪਾਣੀ ਹੈ ਜੀ, ਤਾਂ ਉਸ ਨਾਲ ਅੱਲਾ ਸ਼ਿਫਾ ਦੇ ਵਾਈ ਨੋਟ, ਇਟਸ ਨੋਟ ਹਾਰਮ ਟ੍ਰਾਈਨ ਇਟ, ਸੋ ਆਮ ਗੋ ਟ੍ਰਾਈਡ, ਯਕੀਨ ਹੋਣਾ ਚਾਹੀਦਾ, ਤਾਂ ਫਿਰ ਅੱਲਾ ਵੀ ਸ਼ਿਫਾ ਦਿੰਦਾ। ਫਰੋਮ ਮੀ, ਫਰੋਮ ਦਿਸ ਬਿਊਟੀਫੁਲ ਪਲੇਸ,
look after yourself and please keep me in your prayers. Do subscribe, do like and do share to see a hidden beauty of Pakistan like this one. And that's it guys, so see you again in my another vlog. Look after yourself and please hit the subscribe button. Thank you. Assalamu alaikum.